ਪੰਜਾਬ ਦੇ ਲੁਧਿਆਣਾ ਦੇ ਮਾਡਲ ਟਾਊਨ ਦੀ ਇਹ ਵੀਡੀਓ ਇੱਕ ਸਾਹਮਣੇ ਆਈ ਹੈ ਜੋ ਕਿ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਹੈ। ਹੱਥ 'ਚ ਚੂੜੀਆਂ ਪਾਏ ਇੱਕ ਨਵੀਂ ਵਿਆਹੀ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ 'ਚ ਉਹਦੇ ਨਾਲ ਇੱਕ ਵਿਅਕਤੀ ਵੀ ਪਾਇਆ ਗਿਆ ਅਤੇ ਇਲਾਕੇ 'ਚ ਲੱਗੇ CCTV ਵਿੱਚ ਇਹ ਜਿਹੜੀ ਘਟਨਾ ਹੈ ਉਹ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਕਾਫੀ ਡਰੇ ਹੋਏ ਨੇ। ਇਸ ਦੀ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਰਾਜਨ ਨੇ ਕਿਹਾ ਕਿ ਉਹ ਮਾਡਲ ਟਾਊਨ ਦੇ ਰਹਿਣ ਵਾਲੇ ਨੇ ਅਤੇ ਕੰਮ ਤੋਂ ਘਰ ਵਾਪਸ ਆਏ ਸੀ। ਉਹਨਾਂ ਨੇ ਐਕਟਿਵਾ ਘਰ ਦੇ ਬਾਹਰ ਖੜੀ ਕੀਤੀ ਸੀ, ਪਰ ਕੁਛ ਦੇਰ ਬਾਅਦ ਜਦੋਂ ਉਹ ਕਿਤੇ ਜਾਣ ਲੱਗੇ ਤਾਂ ਉਹਨਾਂ ਨੂੰ ਐਕਟਿਵਾ ਗਾਇਬ ਮਿਲੀ। ਉਹਨਾਂ ਨੇ ਕਾਫੀ ਸ਼ੋਰ ਵੀ ਮਚਾਇਆ, ਪਰ ਸ਼ੋਰ ਮਚਾਉਣ ਤੋਂ ਬਾਅਦ ਵੀ ਉਹਨਾਂ ਨੂੰ ਕੁਛ ਨਹੀਂ ਮਿਲਿਆ ਅਤੇ ਨਾ ਹੀ ਉਹਨਾਂ ਨੂੰ ਆਪਣੇ ਐਕਟਿਵਾ ਦਾ ਪਤਾ ਲੱਗਿਆ। ਪੰਜਾਬ ਦੇ ਲੁਧਿਆਣਾ ਦੇ ਮਾਡਲ ਟਾਊਨ ਦੀ ਇਹ ਵੀਡੀਓ ਇੱਕ ਸਾਹਮਣੇ ਆਈ ਹੈ ਜੋ ਕਿ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਹੈ। ਹੱਥ 'ਚ ਚੂੜੀਆਂ ਪਾਏ ਇੱਕ ਨਵੀਂ ਵਿਆਹੀ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ 'ਚ ਉਹਦੇ ਨਾਲ ਇੱਕ ਵਿਅਕਤੀ ਵੀ ਪਾਇਆ ਗਿਆ ਅਤੇ ਇਲਾਕੇ 'ਚ ਲੱਗੇ CCTV ਵਿੱਚ ਇਹ ਜਿਹੜੀ ਘਟਨਾ ਹੈ ਉਹ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਕਾਫੀ ਡਰੇ ਹੋਏ ਨੇ। ਇਸ ਦੀ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਰਾਜਨ ਨੇ ਕਿਹਾ ਕਿ ਉਹ ਮਾਡਲ ਟਾਊਨ ਦੇ ਰਹਿਣ ਵਾਲੇ ਨੇ ਅਤੇ ਕੰਮ ਤੋਂ ਘਰ ਵਾਪਸ ਆਏ ਸੀ। ਉਹਨਾਂ ਨੇ ਐਕਟਿਵਾ ਘਰ ਦੇ ਬਾਹਰ ਖੜੀ ਕੀਤੀ ਸੀ, ਪਰ ਕੁਛ ਦੇਰ ਬਾਅਦ ਜਦੋਂ ਉਹ ਕਿਤੇ ਜਾਣ ਲੱਗੇ ਤਾਂ ਉਹਨਾਂ ਨੂੰ ਐਕਟਿਵਾ ਗਾਇਬ ਮਿਲੀ। ਉਹਨਾਂ ਨੇ ਕਾਫੀ ਸ਼ੋਰ ਵੀ ਮਚਾਇਆ, ਪਰ ਸ਼ੋਰ ਮਚਾਉਣ ਤੋਂ ਬਾਅਦ ਵੀ ਉਹਨਾਂ ਨੂੰ ਕੁਛ ਨਹੀਂ ਮਿਲਿਆ ਅਤੇ ਨਾ ਹੀ ਉਹਨਾਂ ਨੂੰ ਆਪਣੇ ਐਕਟਿਵਾ ਦਾ ਪਤਾ ਲੱਗਿਆ। Subscribe to One India channel and never miss an update.